ਬਰ ਹੱਕੇ। ਜਿਹੜੇ ਨਹੀਂ ਬੋਲੇ ਆਪਣਾ ਪ੍ਰੋਗਰਾਮ ਵੀ ਦੱਸੋ ਮੈਨੂੰ। ਇਹ ਹੱਕੇ ਹਜ਼ਾਰ ਸਾਲ ਜ਼ਿੰਦਗੀ ਅੰਜਾਮ ਮੌਤ। ਇਹ ਇਮਾਮ ਹੁਸੈਨ ਦੇ ਮਾਤਮੀ ਦੀ ਜੁੱਤੀ ਤੇ ਮੈਂ ਨੌਕਰ ਦੇ ਹੱਥ ਨੇ। ਜੇ ਮੈਂ ਖੁਸ਼ਾਮਦ ਕਰਾਂ ਬੱਲੇ ਬੱਲੇ ਵਾਸਤੇ, ਆਪਣੀ ਵਾਹ ਵਾਹ ਵਾਸਤੇ, ਮਜਲਿਸ ਲਾਉਣ ਵਾਸਤੇ ਗੱਲਾਂ ਕਰਾਂ, ਗਾਜ਼ੀ ਸ਼ਹਿਨਸ਼ਾਹ ਦਾ ਮੁਜਰਿਮ ਹੋ ਕੇ ਮਰਾਂ। ਮੈਂ ਆਪਣਾ ਕੀਦਾ ਸ਼ਹਿਨਸ਼ਾਹ ਬਾਸ ਬਣ ਕੇ ਪਹਿਲੇ ਪੜਿਆ ਹੈ, ਹੁਣ ਮਾਤਮੀ ਦੀ ਜੁੱਤੀ ਦਾ ਨੌਕਰ ਬਣ ਕੇ ਪਿਆ ਪੜਦਾ। ਤਿਲੋਂ ਜਿਹੜੀ ਬਾਤ ਹੈ ਉਹ ਬਿਆਨ ਕਰਨ ਲੱਗਾ। ਮੋਤਬਰ ਹੱਕੇ, ਇੱਕ ਮਾਤਮੀ ਦੁਨੀਆਂ ਤੋਂ ਤੁਰਿਆ। ਜ਼ਰੂਰੀ ਨਹੀਂ ਜਿਹੜਾ ਹਲਕੇ ਦਾ ਮਾਤਮੀ ਹੋਵੇ ਉਹ ਮਾਤਮੀ, ਨਾ ਜਿਹਦੀ ਧੜਕਣ ਦਾ ਨਾਂ ਹੁਸੈਨ ਹੈ ਉਹ ਮਾਤਮੀ ਵੀ ਹੈ, ਉਹ ਜ਼ਵਾਰ ਵੀ ਹੈ, ਉਹ ਆਜ਼ਾਦਾਰ ਵੀ ਹੈ, ਜਿਹਦੀ ਧੜਕਣ 'ਚ ਹੁਸੈਨ ਵਸਦਾ। ਇੱਕ ਮਾਤਮੀ ਦੁਨੀਆਂ ਤੋਂ ਤੁਰਿਆ। ਦੋਸਤ ਹੈ ਬਾਪ ਅਜ਼ੀਜ਼ੋ ਕਾਰਬ, ਗੁਸਲ ਕਫਨ ਦੇ ਬਾਅਦ ਉਸਦਾ ਮਈਅਤ ਚਾਹ ਕੇ ਕਬਰਸਤਾਨ ਆਏ, ਤਾਵੀਜ਼ ਕਬਰ ਦੇ ਹਵਾਲੇ ਕੀਤਾ। ਅੱਜ ਮਾਤਮੀ ਨੂੰ ਕਬਰ ਦੇ ਵਿੱਚ ਲਾ ਕੇ ਵਾਪਸ ਵੱਲੇ ਵਹਿੰਦੇ ਨੇ। ਮੁਨਕਰ ਨਕੀਰ ਮਾਤਮੀ ਦੀ ਕਬਰ 'ਚ ਆਏ, ਆ ਕੇ ਫਰਿਸ਼ਤੇ ਚਿਹਰੇ ਤੋਂ ਕਫਨ ਹਟਾਇਆ, ਪੁੱਛੀਏ ਕੌਣ ਹੈ, ਕਿਹਦਾ ਕੁਝ ਲੱਗਦਾ, ਕਿੱਥੋਂ ਆਇਆ ਹੈ, ਮਾਤਮੀ ਨੂੰ ਸਵਾਲ ਕਰਨ ਲੱਗੇ। ਦੂਜੇ ਫਰਿਸ਼ਤੇ ਦੀ ਮਾਤਮੀ ਦੇ ਸੀਨੇ ਤੇ ਨਜ਼ਰ ਪੈ ਗਈ। ਸਵਾਲ ਕਰਨ ਵਾਲੇ ਫਰਿਸ਼ਤੇ ਦਾ ਮੋਢਾ ਹਿਲਾ ਕੇ, ਮੋਢਾ ਹਿਲਾ ਕੇ ਆਦੇ, ਇਹਨੂੰ ਕੁਝ ਪੁੱਛੀ ਨਾ, ਦਾਗ ਸੀਨੇ ਪੇ ਦੇਖੋ ਯੇ ਹੈ ਮਾਤਮੀ। ਮਾਤਮੀ ਬੋਲੇ, ਮਾਤਮੀ ਦੂਜਾ ਨਹੀਂ, ਮੇਰਾ ਗਿਲਾ ਕੋਈ ਨਹੀਂ ਕਿਸੇ ਨੂੰ। ਨਤੀਜਾ ਦੇਂਦਾ ਪਿਆ ਤੇ ਮਿੰਬਰ ਪਿਆ ਛੁੜੇ ਨਾ, ਮੇਰੀ ਸੋਚ ਤੋਂ ਸੋਹਣੀ ਖੈਰਾਤ ਮਿਲ ਗਈ। ਮੈਂ ਨੌਕਰਾਂ ਹਰ ਚਮਕ ਦੇ ਚਿਹਰੇ ਦਾ, ਮੈਂ ਮੱਥੇ ਕੋਲੋਂ ਦੁਆ ਲੈਣ ਦਾ ਆਦੀ ਹਾਂ। ਉਹ ਮੈਂ ਨਜ਼ਰ ਪਈ ਆਉਂਦੀ ਹੈ, ਮੇਰੇ ਤੱਕ ਪਹੁੰਚ ਗਈ, ਮੇਰੀ ਅਮਾਨਤ ਮੇਰੇ ਹਵਾਲੇ, ਤੁਹਾਡੀ ਅਮਾਨਤ ਮੈਂ ਤੁਹਾਡੇ ਹਵਾਲੇ ਕਰਨ ਲੱਗਾ, ਤੁਹਾਡਾ ਮੁਕਾਮ ਦੱਸਣ ਲੱਗਾ। ਉਹ ਆਖਰ ਤੱਕ ਹਰ ਮੋਮਨ ਦੇ ਚਮਕ ਦੇ ਚਿਹਰੇ ਤੇ ਮੈਂ ਨੌਕਰ ਦੀ ਨਿਕਾਹ ਹੈ ਆਪਣਾ ਮੁਕਾਮ ਸਮਝੇ। ਮਾਤਮੀ ਦੇ ਪਾਸੇ ਡੇ ਕੇ ਦੂਜਾ ਫਰਿਸ਼ਤਾ ਸਵਾਲ ਕਰਨ ਵਾਲੇ ਦਾ ਮੋਢਾ ਹਿਲਾ ਕੇ ਦੇ, ਇਹਨੂੰ ਕੁਝ ਪੁੱਛੀ ਨਾ, ਦਾਗ ਸੀਨੇ ਪੇ ਦੇਖੋ ਯੇ ਹੈ ਮਾਤਮੀ, 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 ਦਾਗ ਸੀਨੇ ਔਰ ਕਫਨ ਪੇ ਹੈ ਤਹਿਰੀਰ ਨਾਦੇ ਅਲੀ। ਵਾਹ ਹੁਸੈਨ, ਵਾਹ ਹੁਸੈਨ, ਵਾਹ ਹੁਸੈਨ। ਅਜੇ ਨਹੀਂ, ਅਜੇ ਨਹੀਂ, ਅਜੇ ਕੁਝ ਵਹਾਣਾ ਹੈ। ਮੈਂ ਅਕਸਰ ਜਜ਼ਬਾਤੀ ਹੋ ਜਾਂਦਾ ਇਹ ਡਰਾਮੇ ਵੇਖ ਕੇ ਨਾ ਮਿੰਬਰਾਂ ਤੋਂ। ਇਹ ਮਾਲਕਾਂ ਦਾ ਕੋਈ ਕੰਟਰੋਲ ਹੁੰਦਾ, ਮੇਰੇ ਜਜ਼ਬਾਤ 'ਤੇ ਬੜਾ ਕੰਟਰੋਲ ਹੁੰਦਾ, ਨਹੀਂ ਤਾਂ ਵੱਖਰਾ ਕੋਈ ਰੰਗ ਹੋ ਜਾਵੇ। ਮੈਂ ਨਤੀਜਾ ਦੇਣ ਲੱਗਾ, ਮੁਨਕਰਾਂ ਵਾਸਤੇ ਜਜ਼ਬਾਤੀਆਂ ਮੈਂ G3 ਦੀ ਗੋਲੀ ਹਾਂ, ਉਹ ਮੈਂ ਰੋਕਿਆ ਨਹੀਂ ਰੁਕਦਾ। ਮਾਤਮੀ ਮੈਂ ਕੀ ਆਖਿਆ, ਤੁਹਾਡਾ ਨੌਕਰ ਬਣ ਕੇ ਪਿਆ ਪੜਦਾ। ਮੇਰੇ ਬਜ਼ੁਰਗਿਨ ਸਾਦਾਤ ਗੈਰ ਸਾਦਾਤ ਹੋਣਾ ਅਲਹਿਦਾ ਬਾਤ ਹੈ, ਸਾਨੂੰ ਸਾਡੇ ਪਿਓ ਦਾਦੇ ਇਤਰਾਮ ਵੀ ਦੱਸਿਆ ਚਿੱਟੀ ਦਾੜੀ ਦਾ। ਮੇਰੇ ਉਸਤਾਦਾਂ ਦੀ ਜਾਤ 'ਤੇ ਬਈਨ, ਬਜ਼ੁਰਗਾਂ ਦੀ ਜਾਤ 'ਤੇ ਬਈਨ। ਮੈਂ ਆਪਣੇ ਬਚਪਨ ਹੀ ਜਦੋਂ ਮੈਂ ਉਂਗਲੀ ਫੜ ਕੇ ਬਜ਼ੁਰਗਾਂ ਨਾਲ ਟੁਰਦਾ ਸੀ, 26 ਮੁਹਰਮ ਕਾਦੀਆਂ ਕਰਮ ਸ਼ਾਹ ਮੇਰੇ ਘਰ ਪੜਦੇ ਨੇ ਸਲਾਨਾ ਬਾਣੀ ਦੀ ਹੈਸੀਅਤ। ਨਤੀਜਾ ਦੇਣ ਲੱਗਾ ਮੌਲਾ ਦੇ ਮਦਾ ਖਾਨੋ, ਪੁੱਤਰ ਫਿਰਾਂ ਨੌਕਰ ਦੇ ਹੱਕ 'ਚ ਦੁਆ ਫਰਮਾਉਣਾ, ਤੁਸੀਂ ਵੀ ਦੁਆ ਫਰਮਾਉਣਾ। ਸਲਾਮ ਪਿਆ ਕਰਦਾ, ਡੇਢ ਜਾਂ 2 ਮਿੰਟ ਦੇ ਵਿੱਚ ਸਵਾਲ ਕਰਨ ਵਾਲੇ ਫਰਿਸ਼ਤੇ ਦਾ ਮੋਢਾ ਹਿਲਾ ਕੇ, ਦੂਜਾ ਫਰਿਸ਼ਤਾ ਦੇ ਇਹਨੂੰ ਕੁਝ ਪੁੱਛੀ ਨਾ, ਦਾਗ ਸੀਨੇ ਪੇ ਦੇਖੋ ਯੇ ਹੈ ਮਾਤਮੀ, ਦਾਗ ਸੀਨੇ ਪੇ ਦੇਖੋ ਯੇ ਹੈ ਮਾਤਮੀ, ਔਰ ਕਫਨ ਪੇ ਹੈ ਤਹਿਰੀਰ ਨਾਦੇ ਅਲੀ, ਔਰ ਕਫਨ ਪੇ ਹੈ ਤਹਿਰੀਰ ਕੇ ਬਾਰੇ ਮੈਂ ਹਮ ਕੋ ਹੁਕਮੇ ਚਲੀ, ਨਾ ਜਗਾਓ ਨਾ ਪੁੱਛੋ ਕੋਈ ਬਾਤ ਵੀ, ਅਬ ਉਠਾਓ
میں نوکراں تہاڈا مقام دس دے ماں ایک شعر تہاڈے نوکر لکھیا ہے تہاڈا مقام لکھے میں کی لکھنا میری کی اوقات ہے میں ذرہ بھی نہیں تہاڈی جتی دی خاک دا فرشتہ پیا دے اب اٹھاؤ اسے کربلا لے چلو اب اٹھاؤ اسے کربلا لے چلو اب اٹھاؤ اسے کربلا لے کیوں کیوں کہ شبیر کا یہ آزادار ہے ایک منٹ دیں دے ہو ایک شیر پیا پڑھدا تہاڈے نوکر دے قلم چ لکھا ہویا فرشتے ماتمی دے قدماں نوں چومدے پئے تو جنتی ہے تینوں مالک نے جنت دی بشارت دتی بغیر حساب کتاب عشق حسین دا اجر لبے تو جنتی چ بالخصوص تہاڈی نظر شیر پیا کردا دعا فرمانا تو جنتی ہے ہوں جیڑی تساں اگو جواب دیتا ہے فرشتیاں نو دسا بار بار فرشتہ دے رہے تو جنتی ہے تو جنتی ہے تو جنتی ہے جدا بار بار شریف و جنت دا نام آئے سینے تو ماتمی دے سینے دے داغ بولیں انہاں داغاں دے وچوں ماتم دے نشانہ چ جڑی آواز آئی ہے ماتمی ہے ہمیں بس آزاد چاہیے نہیں 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 سارے شامل نہیں ہوئے سارے نہیں صبح دا جو ہن تائیں بیٹھے پنیا نہ تے فائدہ کی پڑھن دا تے سنن دا ماتمی فرشتیاں دے پاسے دیکھ کے اکبر دے بابے دا ماتمی فرشتیاں نوں مخاطب ہو کے پیا دے ماتمی ہے ہمیں بس آزاد چاہیے فرشتے آدن اتن جنت لبھی جنت لبھی اس کو وڈا انعام کیا چاہیے تو جنتی بن گیا بغیر حساب دے اور کیا چاہنا ہے اور ماتمی فرشتیاں نو پیا دے ماتمی ہے ہمیں بس عزا چاہیے ہم کو جنت نہیں کربلا چاہیے بندم حسین لال کلندرے